अस्सलाम वालेकुम नाजरें, मुल्क हालात खराब हो जाते ने दिन ब दिन। मैं सोचा एक प्रोग्राम शुरू कर लवा नाल। चाचा हाँ जी, थोड़ा खबे हाथों वो विच बोलन दी बीमारी नहीं जानी तुहानू। अच्छा सॉरी, शुरू करो। नाजरीन, अज दे साडे दो मेहमान ने जिहड़े वकील ने तुहाडे मसलियां दा हल भी दसणगे। मेरे प्रोग्राम दे होर भी बड़े फायदे ने तुहानू। तुसीं मैनू फोन करके अपना मसला दसना है जी, तो मैं तुहानू जिहड़े मेरे को मेहमान ने इन्हां नू पुछ के दस दिया करूंगा। अज दे दो मेहमान ने वकील, इन्हां दी बड़ी मेहरबानी है, ईद वाले दिन भी साडे प्रोग्राम दे विच आ गए ने जी। नाजरीन, कोई सवाल करना ते कॉल करो। ऐ कॉल आ गई जी, सुनो। गंदी गल कोई ना करे, मैं तुहानू पहले ही दस दिता जी। हैलो, अस्सलाम वालेकुम। वालेकुम सलाम जी। चाचा बूटा जी, मैं एक छोटा जिहा मसला साडे घर दा, ओह मतलब किद्दां कित्थों मैं शुरू करां। अपनी गल तुसी जारी रखो, मेनू आवाज आ रही। बूटे दे प्रोग्राम दे विच बच्चा बोले, बुढ़ी बोले, कोई वड्डा बोले, बाबा बोले, कोई ऐसा मसला नहीं। बूटा हर एक दी गल सुनेगा। चलो हुण मसला दसो मैनू की है। बिस्मिल्ला। बड़ी मेहरबानी चाचा जी, बस बच्चे तुहानू पता ने इस तरह ही करदे ने। ते मेरा मसला ऐसी जी के साडे जिहड़े नाल दे घर वाले ने हमसाए, मतलब साडे तो जिहड़े सज्जे हत्थ वाले ने जी, उहनां दे ना ओए नासर पुत्तर बारों सिगरटा दी डब्बी लिया के दे मैनू। अच्छा जी बूटा जी, मैं चाचू नूं सिगर लिया था। लिया दो चाचा जी, मैं तुहानू सिगर लिया के देना। तुसी ये चाचे बूटे दसो भी ओह नाल दियां वाला जिहड़ा रौला साडा चल रिहा, ओह की है, जरा दसो। अच्छा जा, तू मेरे सिगर लिया, मैं दसदा। बूटे यार गल ए आ जी, ऐ दस्या होणा नासर ने भी हमसाया ना जिहड़ा रौला। हां जी हां जी, दस्या। ओ मैनू ते मसले दा थोड़ा बहुता ही पता, मैं नासर दी बेगम नूं बुलाउना, ओ तुहानू दसेगी ओनू पता की होया सी जी। शमीम। हां जी अबू जी। उरे आ काको, गल सुन। आ गई आ गई अबू जी। हां जी। पुत्र दस जरा, टीवी ते गल हो रही, इन्हां नूं दस नाल दे घर वाला की रौला बणिया। अच्छा अबू जी, एक मिनट मैं मुंडे नूं सवा लवां। सो जा अल्लाह काका, सो जा सो जा सो जा, ये अज दुपहरे भी इन्हें सौ लेना इस तों। सो जा ਸੋਨਾ ਸੋ ਗਿਆ। ਹਾਂਜੀ ਹੁਣ ਦੱਸੋ। ਉਹ ਹਮਸਾਇਆ ਨਾ ਜਿਹੜਾ ਸਾਡਾ ਰੌਲਾ, ਦੱਸ ਬੂਟੇ ਨੂੰ। ਰੌਲਾ ਬਸ ਇਹੀ ਹੈ ਜੀ ਕਿ ਉਹ ਸਾਡੇ ਬੂਏ ਕੇ ਕੂੜਾ ਸਿੱਟਣ ਨੂੰ ਨਹੀਂ ਹੜਦੇ। ਅੱਧੇ ਘੰਟੇ ਬਾਅਦ ਗੱਲ ਕੀਤੀ ਤੇ ਵਿੱਚੋਂ ਨਿਕਲਿਆ ਕੱਖ ਵੀ ਨਹੀਂ। ਚਲੋ ਫੇਰ ਵੀ ਮੈਂ ਪੁੱਛ ਕੇ ਦੱਸਦਾ। ਇਹ ਬੂਟੇ ਤੇਰੇ ਲਈ ਕੋਈ ਗੱਲ ਨਹੀਂ ਨਾ, ਸਾਡੇ ਲਈ ਬਹੁਤ ਵੱਡਾ ਮਸਲਾ। ਤੁਹਾਡੇ ਲਈ ਨਹੀਂ ਜਨਾਬ, ਮੇਰੇ ਲਈ ਵੀ ਹੁਣ ਬਹੁਤ ਵੱਡਾ ਮਸਲਾ ਬਣ ਗਿਆ। ਹਾਂਜੀ ਜਨਾਬ, ਦੱਸੋ ਕਿ ਜਿਹੜਾ ਇਹਨਾਂ ਦਾ ਕੂੜੇ ਵਾਲਾ ਰੌਲਾ ਕਿਸ ਤਰ੍ਹਾਂ ਖਤਮ ਹੋ ਸਕਦਾ। ਦੇਖੋ, ਖੋਦਿਆ ਪਹਾੜ ਤੇ ਨਿਕਲਿਆ ਕੂੜਾ, ਤੁਸੀਂ ਹੁਣ ਗੱਲ ਕਰੋ ਤੇ ਮੈਂ ਦੋ ਬਿਸਕੁਟ ਖਾ ਲਵਾਂ। ਨਹੀਂ ਜੀ, ਕੂੜੇ ਦਾ ਤੇ ਕਿਤੇ ਨਹੀਂ ਲਿਖਿਆ, ਪਰ ਇਹਨਾਂ ਨੂੰ ਚਾਹੀਦਾ ਕਿ ਇਹ ਦੋ ਖਾਲੀ ਅੰਬਾਂ ਵਾਲੀਆਂ ਪੇਟੀਆਂ ਲੈਣ, ਇੱਕ ਉਹਨਾਂ ਦੇ ਘਰ ਦੇ ਅੱਗੇ ਰੱਖ ਲੈਣ, ਇੱਕ ਆਪਣੇ ਅੱਗੇ ਰੱਖ ਲੈਣ, ਉਹ ਆਪਣਾ ਕੂੜਾ ਆਪਣੀ 'ਚ ਸਿੱਟੀ ਜਾਣ, ਆਪਣਾ ਆਪਣੀ 'ਚ ਸਿੱਟੀ ਜਾਣ। ਐਸੀ ਜੀ ਇਹਨਾਂ ਦੇ ਕੂੜੇ ਦਾ ਹੱਲ। ਹੁਣ ਸਾਡੇ ਨਾਲ ਇੱਕ ਹੋਰ ਕਾਲਰ ਨੇ, ਦੇਖਦੇ ਹਾਂ ਜੀ ਕਿ ਇਹ ਸਾਡੇ ਨਾਲ ਕੀ ਸਲੂਕ ਕਰਦੇ ਨੇ। ਅਸਲਾਮੁਅਲੈਕੁਮ। ਵਾਲੈਕੁਮ ਸਲਾਮ। ਸਭ ਤੋਂ ਪਹਿਲੇ ਚਾਟਾ ਬੂਚਾ ਜੀ, ਮੇਰਾ ਮਤਲਬ ਚਾਚਾ ਬੂਟਾ ਜੀ, ਬਹੁਤ ਅੱਛਾ ਤੁਹਾਡਾ ਪ੍ਰੋਗਰਾਮ ਹੈ। ਬਹੁਤ ਸ਼ੁਕਰੀਆ ਜੀ। ਕੌਣ ਗੱਲ ਕਰ ਰਿਹਾ ਹੈਗਾ? ਮੈਂ ਗੱਲ ਕਰ ਰਹੀ ਹਾਂ ਜੀ, ਹੋਰ ਕਿਹਨੇ ਕਰਨੀ? ਵਾਹ ਵਾਹ, ਇੱਕ ਵਾਰੀ ਫੇਰ ਕਰਿਓ। ਵਾਹ ਵਾਹ, ਬਹੁਤ ਅੱਛਾ। ਮੈਂ ਜੀ ਮੇਰੇ ਖਾਵਨ, ਉਹ ਮੈਨੂੰ ਨਜ਼ਰ ਆ ਰਿਹਾ ਤੁਹਾਡੇ ਕੋਲ ਅੱਕੇ ਹੋਣੇ ਨੇ। ਅਗਲੀ ਗੱਲ ਦੱਸੋ। ਲੈ ਤੁਹਾਨੂੰ ਪਹਿਲੇ ਕਿਦਾਂ ਪਤਾ ਲੱਗ ਗਿਆ? ਵਾਸੇ ਪਤਾ ਲੱਗ ਗਿਆ ਮੈਨੂੰ, ਪੁੱਛ ਤੂੰ ਅੱਗੇ ਗੱਲ ਕਰ। ਅੱਛਾ ਹਾਂ ਦੱਸ। ਚਾਚਾ ਬੂਟਾ ਜੀ, ਮਸਲਾ ਇਹ ਆ ਕਿ ਦੇਖੋ, ਤੁਸੀਂ ਤੁਹਾਡੀ ਉਮਰ 50-60 ਸਾਲ ਹੋਣੀ ਆ, ਝੂਠ ਬੋਲਦੇ ਤੁਸੀਂ ਚੰਗੇ ਨਹੀਂ ਲੱਗਣਾ। ਮੈਂ ਤੁਹਾਡੇ ਕੋਲ ਗੱਲ ਪੁੱਛਾਂ, ਸਹੀ ਸਹੀ ਦੱਸੋਗੇ? ਹਾਂ ਦੱਸੂਗਾ, ਪੁੱਛੋ। ਮੇਰੇ ਵਾਲਦੈਨ ਨੇ ਮੇਰੀ ਸ਼ਾਦੀ ਕੀਤੀ, 5-6-7 ਲੱਖ ਰੁਪਏ ਦਾ ਜਹੇਜ ਦਿੱਤਾ, ਤੇ ਮੈਂ ਆਪਣੇ ਖਾਵਨ ਦੀ ਜੇਬ 'ਚ 100 ਰੁਪਇਆ ਨਹੀਂ ਕੱਢ ਸਕਦੀ। ਕੱਢ ਸਕਦੀ? ਮੇਰੀ ਸੱਸ ਜਿਹੜਾ ਸੌਣ ਲੱਗਿਆ ਸਰਾਣਾ ਥੱਲੇ ਲੈ ਕੇ ਸੌਂਦੀ, ਉਹ ਮੇਰੀ ਮਾਂ ਨੇ ਦਿੱਤਾ ਜੀ। ਜਿਹੜੀ ਫਰਿੱਜ ਦੇ ਵਿੱਚ ਪਾਈਨਐਪਲ ਠੰਡਾ ਕਰ ਕਰਕੇ ਖਾਂਦੀ, ਉਹ ਫਰਿੱਜ ਮੇਰੀ ਮਾਂ ਨੇ ਦਿੱਤੀ। ਅੱਛਾ, ਚਲੋ ਜੇ ਮੇਰਾ ਬੰਦਾ ਤੇ ਉਹਦੀ ਮਾਂ ਇੱਕ ਹੋ ਗਏ, ਤੇ ਮੇਰੇ ਸਹੁਰੇ ਨੂੰ ਤਾਂ ਚਾਹੀਦਾ ਨਾ ਕਮ ਅਜ਼ ਕਮ ਮੇਰਾ ਸਾਥ ਦੇਵੇ। ਬਿਲਕੁਲ। ਫਿਰ ਕੋਈ ਸ਼ਰਮ ਕਰੋ, ਆਪਣੀ ਬੁੱਢੀ ਨੂੰ ਤੇ ਪੁੱਤ ਨੂੰ ਸਮਝਾਓ, ਮੈਂ ਤੁਹਾਡੀ ਨੋ ਬੋਲਣ ਨਹੀਂ ਹੈ। ਲਓ ਜੀ, ਇਹ ਤਾਂ ਮੇਰੇ ਹੀ ਘਰ ਦਾ ਮਸਲਾ ਸ਼ੁਰੂ ਹੋ ਗਿਆ। ਚਲੋ ਜੋ ਵੀ ਆ, ਹਾਲਾਂਕਿ ਮੈਂ ਇਹਦੇ ਨਾਲ ਕਦੇ ਜ਼ਿਆਦਤੀ ਨਹੀਂ ਕੀਤੀ। ਤੁਸੀਂ ਦੱਸੋ, ਇਹ ਅਕਸਰ ਘਰਾਂ ਦੇ ਵਿੱਚ ਮਸਲੇ ਹੁੰਦੇ ਨੇ, ਇਹਦਾ ਕੋਈ ਹੱਲ? ਤੁਸੀਂ ਵੀ ਇੱਕ ਔਰਤ ਜੇ, ਤੁਸੀਂ ਵੀ ਆਖਰ ਸ਼ਾਦੀਸ਼ੁਦਾ ਹੋਵੋਗੇ, ਤੁਸੀਂ ਦੱਸੋ ਵੀ ਇਹ ਕੀ ਚੱਕਰ ਕੀ ਹੁੰਦਾ ਹੈ? ਤੁਸੀਂ ਯਕੀਨ ਕਰੋ ਕਿ ਜਿਹੜੀ ਮੇਰੀ ਸੱਸ ਆ ਨਾ, ਮੇਰੇ ਤੋਂ ਇੰਨਾ ਖੁਸ਼ ਆ ਕਿ ਜਿਹੜਾ ਕੋਈ ਹਿਸਾਬ ਹੀ ਨਹੀਂ। ਅੱਲਾ ਮਾਫ਼ੀ, ਏਡਾ ਵੱਡਾ ਝੂਠ! ਮੈਂ ਆਪਣੇ ਸਹੁਰੇ ਦੇ ਘਰ ਜਾਂਦਾ ਸੀ ਤੇ ਮੇਰੀ ਸੱਸ ਮੁਰਗਾ ਲਗਾ ਲੈਂਦੀ ਸੀ ਤੇ ਦਾਲ ਪਕਾ ਲੈਂਦੀ ਸੀ ਕਿ ਮੇਰਾ ਪੋਤਾ ਹੈ। ਨਹੀਂ ਨਹੀਂ, ਹੋਣਾ ਤੁਹਾਡੇ ਨਾਲ ਏਦਾਂ ਹੀ ਚਾਹੀਦਾ ਸੀ, ਪਰ ਜਿਹੜੀ ਮੇਰੀ ਸੱਸ ਹੈ ਨਾ, ਬਹੁਤ ਹੀ ਸ਼ਰੀਫ ਹੈ। ਇੱਕ ਵਾਰੀ ਮੇਰੀ ਤਬੀਅਤ ਖਰਾਬ ਹੋ ਗਈ
ਤੇ ਯਕੀਨ ਕਰੋ ਕਿ ਸੱਸ ਮੇਰੀ ਸਾਰੀ ਰਾਤ ਮੈਨੂੰ ਤੀਲੇ ਦੇ ਨਾਲ ਹਵਾ ਦਿੰਦੀ ਰਹੀ। ਅਸਤਗਫਰੁੱਲਾ ਯਾ। ਹਾਂਜੀ ਇਹਦੇ ਨਾਲ ਹੀ ਤੁਸੀਂ ਮੈਨੂੰ ਬੂਟਾ ਜੀ ਹਲੇ 15 ਮਿੰਟ ਹੈਗੇ ਨੇ ਪ੍ਰੋਗਰਾਮ ਖਤਮ ਕਰਨ ਲੱਗੇ ਤੁਸੀਂ ਤੇ ਹੋਰ 900 ਰੁਪਏ ਦੇ ਵਿੱਚ ਪੁੱਤਰ ਇੰਨਾ ਕੀ ਕੰਮ ਹੁੰਦਾ ਕਿ ਹੁਣ ਮੈਂ ਮਰ ਜਾਵਾਂ ਇੱਥੇ ਲੋਕਾਂ ਦੀਆਂ ਪੁੱਠੀਆਂ ਸਿੱਧੀਆਂ ਗੱਲਾਂ ਸੁਣ ਸੁਣ ਕੇ।